ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਡਾਕਮੈਂਟ ਆਇਆ ਸੀ ਕਿ ਜਿਹੜਾ ਵੱਡੇ ਪਨੇ ਵਾਲਾ ਕੱਪੜਾ ਹੁੰਦਾ ਇਹ ਵੀ ਇਹਦੀ ਸੂਟ ਦੀ ਆਪਾਂ ਕਿਵੇਂ ਕਟਿੰਗ ਕਰ ਸਕਦੇ ਹਾਂ ਦੀਦੀ ਨੇ ਤਾਂ ਮੈਨੂੰ 18 ਇੰਚ ਘੇਰਾ ਕਿਹਾ ਸੀ ਤੇ ਉਹ ਮੈਂ 18 ਇੰਚ ਘੇਰੇ ਦੀ ਵੀ ਜਿਹੜੇ ਦੀ ਨੇ ਨਾਪ ਦੱਸਿਆ ਉਹ ਦੀ ਕਟਿੰਗ ਵੀ ਕਰਕੇ ਦੱਸੂਗੀ ਤੇ ਆ ਮੇਰੇ ਕੋਲ ਵੱਡੇ ਪਨੇ ਵਾਲਾ ਕੱਪੜਾ ਪਿਆ ਸੀ ਤੇ ਮੈਂ ਇਹ ਇਹ ਆਪਾਂ ਨੂੰ ਕਟਿੰਗ 3.5 ਮੀਟਰ ਚ ਹੀ ਮਿਲਦੀ ਹੁੰਦੀ ਹੈ ਜਿਹੜਾ ਵੱਡੇ ਪਨੇ ਵਾਲਾ ਹੁੰਦਾ ਇਦਾਂ ਚੜਾਈ ਚ ਹੁੰਦਾ ਕਾਫੀ ਪਣਾ ਤੇ ਇਹ 3.5 ਮੀਟਰ ਹੀ ਆਪਾਂ ਨੂੰ ਕਟਿੰਗ ਦੇਣਗੇ ਭਾਈ ਚੋ ਸੂਟ ਕਿੱਦਾਂ ਬਣਾਉਣਾ ਪਾਵਦਾ ਚਾਹੀ ਜਿੰਨਾ ਮਰਜੀ ਘੇਰਾ ਹੋਵੇ ਆਪਾਂ 3.5 ਮੀਟਰ ਚੋਂ ਸੂਟ ਕਿਵੇਂ ਬਣ ਸਕਦਾ ਮੈਂ ਤੁਹਾਨੂੰ ਅੱਜ ਇਹਦਾ ਸਾਰਾ ਸਾਰਾ ਹਿਸਾਬ ਕਿਤਾਬ ਦੱਸਦੀ ਹਾਂ ਤੇ ਆਹ ਦੇਖੋ ਇਹ ਇੱਥੋਂ ਤੇ ਲੈ ਕੇ ਇੰਨਾ ਵੱਡਾ ਘੇਰਾ ਆਉਂਦਾ ਤੇ ਇਹਨੂੰ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਜਿਹੜਾ ਤਾਂ ਆਪਣਾ ਕੱਟ ਬਣੇ ਵਾਲਾ ਹੁੰਦਾ ਉਹਨੂੰ ਤਾਂ ਆਪਾਂ ਨੂੰ ਵੱਡੇ ਜਿਹੜਾ ਆਪਣਾ ਕੇ ਰਾਜਾ ਦੇ ਹੁੰਦਾ ਉਹਨੂੰ ਆਪਾਂ ਏਦਾਂ ਫੋਲਡ ਕਰਨਾ ਪੈਂਦਾ ਇਹਨੂੰ ਆਪਾਂ ਨੂੰ ਏਦਾਂ ਫੋਲਡ ਕਰਨ ਦੀ ਲੋੜ ਨਹੀਂ ਹੈਗੀ ਇਹਨੂੰ ਤਾਂ ਆਪਾਂ ਨੇ ਬਸ ਆ ਕੰਨੀਆਂ ਜੋੜ ਲੈਣੀਆਂ ਨੇ ਇਧਰਲੀ ਸਾਈਡ ਨੂੰ ਏਦਾਂ ਜੋੜ ਕੇ ਆਹ ਦੇਖੋ ਏਦਾਂ ਆਪਾਂ ਇਧਰ ਆ ਦੋਨੇ ਕੰਨੀਆਂ ਜੋੜ ਲਈਆਂ ਤੇ ਉਧਰਲੀ ਸਾਈਡ ਫੋਲਡ ਤੇ ਏਦਾਂ ਹੀ ਫੋਲਡ ਕਰਿਆ ਹੋਇਆ ਕਪੜਾ ਤੇ ਇਹ ਹੁਣ ਇਹ ਕਿੰਨੇ ਇੰਚ ਆ ਏਦਾਂ ਮਣਕੇ ਤੁਹਾਨੂੰ ਮੈਂ ਦਿਖਾਉਣੀ ਆ ਇਹ ਫੋਲਡ ਕਰਕੇ ਇਹ 26.5 ਇੰਚ ਆਦੀ 26 27 ਇੰਚ ਆ ਦੇਖੋ 27 ਇੰਚ ਇਹ ਆਪਣਾ ਕਪੜਾ ਫੋਲਡ ਕਰਿਆ ਹੈ ਬਣਦਾ ਹੁਣ ਤੁਸੀਂ ਦੇਖੋ ਜਿਹੜਾ 27 ਇੰਚ ਮੰਨ ਲਓ ਵੀ ਜੇ 18 ਇੰਚ ਘੇਰਾ ਵਾ ਤਾਂ ਆਪਾਂ ਨੂੰ ਉਹਦੇ ਵਿੱਚ 19 20 21 ਉਹਦੇ ਵਿੱਚ ਆਪਾਂ ਨੂੰ ਸਿਰਫ 21 ਇੰਚ ਤਿੰਨ ਪਨੇ ਪਲੱਸ ਕਰਨਾ ਵਾ ਤੇ ਇਦਾਂ ਉਹਦੇ ਚ ਇਧਰਲੀ ਸਾਈਡ ਤੋਂ ਆਪਾਂ ਨੂੰ ਆ ਦੋਨੇ ਕੰਨੀਆਂ ਜੋੜ ਕੇ ਇਹ ਤੋਂ 21 ਇੰਚ ਘੇਰਾ ਚਾਹੀਦਾ ਤੇ ਜੇਕਰ ਆਪਣਾ ਤੁਨੀ ਅਚਾ ਤੇ ਫਿਰ ਤਿੰਨ ਪਲੱਸ ਕਰਨਾ ਜਿੰਨਾ ਆਪਣਾ ਤਿਆਰ ਘੇਰਾ ਉਹਦੇ ਵਿੱਚ ਆਪਾਂ ਨੇ ਤਿੰਨ ਹੋਰ ਪਲੱਸ ਕਰਨਾ ਤੇ ਉਹ ਆਪਾਂ ਆਵਦਾ ਘੇਰਾ ਲੈ ਲੈਣਾ ਦੇਖੋ ਜਿਵੇਂ 20 ਇੰਚ ਘੇਰਾ ਵਾ ਤਾਂ ਆਪਾਂ ਨੂੰ 23 ਇੰਚ ਇਦਾਂ ਉਹ ਫੋਲਡ ਬਣਾ ਦੋਨੇ ਡਬਲ ਤਾਂ ਹੈਗਾ ਹੀ ਨਾ ਇੱਕ ਫਰੰਟ ਦਾ ਇੱਕ ਬੈਕ ਦਾ ਇਦਾਂ ਦੋਨੇ ਕੱਪੜੇ ਪਈ ਨੇ ਤੇ ਇਦਾਂ ਆਪਾਂ 20 ਦੇ ਵਿੱਚ ਤਾਂ ਫਿਰ ਆਪਾਂ 23 ਇੰਚ ਲਈ ਕਰ ਲੈਣਾ ਇੱਥੋਂ ਇਦਾਂ ਤਿੰਨ 3 ਇੰਚ ਪਲੱਸ ਕਰ ਲੈਣਾ ਤੇ ਜੇਕਰ ਆਪਣਾ 21 ਇੰਚ ਘੇਰਾ ਵਾ ਤਾਂ ਆਪਾਂ ਨੇ ਫਿਰ ਇੱਦਾਂ 24 ਇੰਚ ਕਰ ਲੈਣਾ ਇੱਦਾਂ ਜਿੰਨਾ ਵੀ ਹੈਗਾ ਆਪਾਂ ਨੇ ਇੱਥੋਂ ਇੱਦਾਂ ਇੱਦਾਂ ਫੋਲਡ ਕਰਕੇ ਨਾ ਇੱਦਾਂ ਕੰਨੀਆਂ ਜੋੜ ਕੇ ਇਧਰੋਂ ਆਪਾਂ ਆਵਦਾ ਘੇਰਾ ਜਿੰਨਾ ਹੈਗਾ ਲੈ ਕੇ ਬਾਕੀ ਦੀ ਇਧਰੋਂ ਫੋਲਡ ਸਾਈਡ ਤੋਂ ਇਧਰੋਂ ਕਟਿੰਗ ਕਰ ਦੇਣੀ ਆ ਕਿਉਂਕਿ ਇਹ ਫਿਰ ਜੁੜਿਆ ਹੋਇਆ ਕੱਪੜਾ ਆਪਣਾ ਮੂਰੀਆਂ ਮਾਰੀਆਂ ਦੇ نیچے ਕੰਮ ਆ ਜਾਊਗਾ ਠੀਕ ਆ ਤੇ ਇਧਰੋਂ ਤਾਂ ਆਪਣਾ ਜਿਹੜਾ ਕੰਨੀਆਂ ਵਾਲਾ ਇਧਰੋਂ ਕਟਿੰਗ ਹੋਈ ਹੋਈ ਆ ਇੱਥੋਂ ਆਪਾਂ ਨੇ ਆਦੀ ਕਟਿੰਗ ਕਰ ਦੇਣੀ ਆ ਇਧਰੋਂ ਫੋਲਡ ਸਾਈਡ ਤੋਂ ਆਪਾਂ ਨੇ ਕੱਪੜਾ ਇਧਰ ਰੱਖ ਲੈਣਾ ਆਪਾਂ ਨੇ ਇਧਰ ਜੁੜਿਆ ਹੋਇਆ ਆਪਾਂ ਨੂੰ ਠੀਕ ਹੈ ਜੇ ਆਪਾਂ ਇਧਰੋਂ ਇਧਰੋਂ ਪੂਰਾ ਕਰਾਂਗੇ ਇਧਰੋਂ ਛੱਡਾਂਗੇ ਫਿਰ ਇਧਰ ਆ ਦੋ ਟੋਟੇ ਕ ਆਪਣੇ ਕੰਮ ਨਹੀਂ ਹੋਣੇ ਆਪਾਂ ਇਧਰੋਂ ਕਪੜਾ ਪੂਰਾ ਕਰਕੇ ਇੱਥੇ ਤੱਕ ਲਾ ਲਾਂਗੇ ਜਿੰਨੇ ਆਪਣਾ ਤਿਆਰ ਘੇਰਾ ਵਾ ਤਿਆਰ ਹੈਪਾ ਤੇ ਉਹਦੇ ਵਿੱਚ ਆਪਾਂ ਨੇ ਤਿੰਨ ਹੋਰ ਪਲੱਸ ਕਰਨਾ ਤੇ ਉਹ ਆਪਾਂ ਉੱਥੇ ਤੱਕ ਲਾ ਕੇ ਬਾਕੀ ਦੀ ਆਪਾਂ ਨੇ ਘੇਰੇ ਦੀ ਕਟਿੰਗ ਕਰ ਦੇਣੀ ਠੀਕ ਹੈ ਨਾ ਇਹ ਆਪਣਾ ਇਧਰ ਨੂੰ ਚੜਾਈ ਹੋਗੀ ਐਸ ਲੋ ਨੂੰ ਆਪਾਂ ਚੜਾਈ ਲੈ ਲੈਣੀ ਆ ਤੇ ਇਧਰ ਨੂੰ ਆਪਾਂ ਨੇ ਜਿੰਨੀ ਤਿਆਰ ਲੰਬਾਈ ਆ ਉਹਦੇ ਵਿੱਚ ਹੋਰ ਤਿੰਨ ਪਲੱਸ ਕਰਕੇ ਤਾਇਆ ਚਕੇਰੇ ਥਲੇ ਲੇੜ ਮੋੜੂਗਾ ਪੱਲੇ ਚ ਤੇ ਅੱਧਾ ਇੰਚ ਆਪਣਾ ਉੱਪਰ ਇਹਦੇ ਚ ਮੋੜੀਆਂ ਚਾਊਗਾ ਤੇ ਇਸ ਕਰਕੇ ਆਪਾਂ ਨੇ ਇਧਰੋਂ ਆਪਣੀ ਐਸਲੂਟ ਇੱਥੇ ਤੱਕ ਲੰਬਾਈ ਲੈ ਲੈਣੀ ਆ ਠੀਕ ਆ ਤੇ ਹੁਣ ਆਪਾਂ ਨੇ ਕੋਲ ਦੇਖੋ ਘੇਰਾ ਵੀ ਵੱਧ ਤੋਂ ਵੱਧ ਫਿਰ ਹੁਣ 27 ਇੰਚ ਇਧਰ ਨੂੰ ਕਪੜਾ ਹੋਲਡ ਕਰਕੇ 27 ਇੰਚ ਬਣਦਾ ਆਪਾਂ ਵੱਧ ਤੋਂ ਵੱਧ ਪੱਛੇ 24 ਇੰਚ ਘੇਰਾ ਵਾ ਜੇਕਰ ਆਪਣਾ 24 ਇੰਚ ਘੇਰਾ ਵਾ 24 ਇੰਚ ਹੈਪਾ ਫੇਰ ਵੀ ਆਪਾਂ ਐਸਲੂਟ ਨੂੰ ਆਪਣਾ ਆਰਾਮ ਨਾਲ ਪੂਰਾ ਹੋ ਸਕਦਾ ਇਹਦੇ ਚੋਂ ਆਪਣਾ ਸੂਟ ਬਣ ਸਕਦਾ ਇਧਰ ਨੂੰ ਘੇਰਾ ਤਾਂ ਆਪਣਾ ਚੜਾਈ ਤਾਂ ਹੁਣ ਆਪਣਾ ਪੂਰੀ ਹੋ ਗਈ ਆ ਤੇ ਜਿੰਨੀ ਵੀ ਲੈਣੀ ਆ ਪਤਨ ਉਹ ਤਿਆਰ ਚ ਤਿੰਨ ਪਲੱਸ ਕਰਕੇ ਬਾਕੀ ਦੀ ਇਧਰੋਂ ਕਟਿੰਗ ਕਰ ਦੇਣੀ ਆ ਠੀਕ ਆ ਇਹ ਮੂਰੀਆਂ ਮਰੀਆਂ ਦੇ نیچے ਕੰਮ ਆ ਜੂ ਇਹ ਇਧਰੋਂ ਬਚੂਗਾ ਤੇ ਹੁਣ ਆਪਾਂ ਲੈ ਲਓ ਵੱਧ ਤੋਂ ਵੱਧ ਪਾਪ ਦੀ ਲੰਬਾਈ 44 ਇੰਚ ਲੈ ਲੈਨੇ ਕਿਉਂਕਿ ਜੇ 41 ਇੰਚ ਤਿਆਰ ਰੱਖਾਂਗੇ ਤਾਂ 44 ਇੰਚ ਤਿੰਨ ਇੰਚ ਪਲੱਸ ਵੀ ਕਰਨਾ ਵਿੱਚ ਆਪਾਂ ਨੇ ਤੇ ਵੱਧ ਤੋਂ ਵੱਧ ਆਪਾਂ ਲੰਬਾਈ ਚਲੋ 45 ਇੰਚ ਕਰ ਲਓ 45 ਇੰਚ ਕਰ ਲੈਣੇ ਆ 45 ਚੋਂ 44 ਆਪਣਾ 43 ਇੰਚ ਵੀ ਜੇਕਰ ਆਪਣੀ ਤਿਆਰ ਲੰਬਾਈ ਆ ਤਾਂ ਆਪਾਂ 44 45 46 ਇੰਚ ਤੱਕ ਵੀ ਆਪਾਂ ਜੇ ਰੱਖ ਲਈਏ ਆਪਾਂ 45 ਇੰਚ ਤੱਕ ਪੂਰੀ 3 ਪਲੱਸ ਕਰਕੇ ਤਿਆਰ ਚ ਆਪਾਂ ਲੰਬਾਈ ਦੀ ਨਿਸ਼ਾਨੀ ਲਾ ਦਿੰਨੇ ਆ ਆ ਦੇਖੋ ਉਥੋਂ ਦੀ ਆਪਾਂ ਨੇ ਆਪਦੀ ਪੂਰੀ ਇਦਾਂ ਮਣਕੇ ਇੱਥੇ ਆਪਾਂ ਨੇ 40 ਇੰਚ ਤਾਂ ਲਾਤਾ ਆਪਾਂ ਆਪਦੀ 1 ਮੀਟਰ ਹੋ ਗਿਆ ਤੇ 45 ਇੰਚ ਆਪਾਂ ਆਪਦੀ ਪੂਰੀ ਤਿਆਰ ਚ ਲੰਬਾਈ ਪੂਰੀ 3 ਪਲੱਸ ਕਰਕੇ ਆਪਣੀ ਆਦੀ ਲੰਬਾਈ ਇਦਾਂ ਕਮੀਜ਼ ਦੀ ਲੈ ਲੈਣੀ ਹੈ ਠੀਕ ਹੈ ਇਧਰੋਂ ਲਾ ਲਈ ਉਹ ਉਧਰਲੀ ਸਾਈਡ ਤੋਂ ਲਾ ਲੈਣੀ ਹੈ ਠੀਕ ਹੈ ਇਹ ਆਪਣੀ ਲੰਬਾਈ ਕਮੀਜ਼ ਦੀ ਪੂਰੀ ਹੋ ਗਈ ਇਸ ਦਾ ਮਤਲਬ 1 ਮੀਟਰ 40 ਇੰਚ ਦਾ 1 ਮੀਟਰ ਹੁੰਦਾ 1 ਮੀਟਰ 5 ਇੰਚ ਆਪਣਾ 1 ਮੀਟਰ 5 ਇੰਚ ਦੇ ਵਿੱਚ ਆਪਣਾ ਕਮੀਜ਼ ਨਿਕਲ ਗਿਆ ਠੀਕ ਹੈ ਹਾਲੇ ਆਪਾਂ ਬਹਾਣੀ ਕੱਢੀਆਂ ਹੈਗੀਆਂ ਤੇ ਉਧਰੋਂ ਮਾੜਾ ਮੋਟਾ ਜੀ ਲੀਰ ਬਚੂਗੀ ਵੀ ਤਾਂ ਆਪਾਂ ਮੂਰੀ ਮਰੀਆਂ نیچے ਲੱਗ ਜੂਗਾ ਠੀਕ ਹੈ ਤੇ ਜੇਕਰ ਮੰਨ ਲਓ ਵੀ ਆਪਣਾ 17 18 ਦੀ ਨਜਮੇ 18 ਇੰਚ ਘੇਰਾ ਕਿ ਅਸੀਂ ਜੇ ਇਦਾਂ ਚੌੜੇ ਬਨੇ ਚੋ ਕੱਢਣਾ ਹੋਵੇ ਤੇ ਫਿਰ 19 20 21 21 ਇੰਚ ਆਪਾਂ ਨੂੰ ਇਦਾਂ ਇੱਥੇ ਰੱਖ ਕੇ 21 ਇੰਚ ਘੇਰਾ ਚਾਹੀਦਾ ਇਦਾਂ ਲਾ ਕੇ ਆਪਾਂ ਨੇ 21 ਇੰਚ ਜੇਕਰ ਇੱਥੇ ਤੱਕ ਆਉਂਦਾ ਠੀਕ ਹੈ 21 ਇੰਚ ਇੱਥੇ ਤੱਕ ਲਾਤਾ ਤੇ ਆਹ ਜਿਹੜਾ ਇੰਨਾ ਕਪੜਾ ਬਚ ਗਿਆ ਇਹ ਸਲਵਾਰ ਦੇ ਪੱਟ ਪੈ ਸਕਦੇ ਨੇ ਇਹਦੇ ਚੋਂ ਠੀਕ ਆ ਫਿਰ ਉਨਾ ਇਧਰੋਂ ਪੱਟਾਂ ਚੋ ਵੀ ਬਚ ਜੂ ਪੱਟਾਂ ਵਾਸਤੇ ਵੀ ਬਚ ਜੂਗਾ ਆਪਾਂ ਨੂੰ ਠੀਕ ਆ ਇਹ ਵਾਲਾ ਹੋ ਗਿਆ ਤੇ ਜੇਕਰ ਆਪਣਾ ਘੇਰਾ ਜ਼ਿਆਦਾ ਆ ਫਿਰ ਆਪਾਂ ਨੂੰ ਸਿਰਫ ਮੂਰੀਆਂ ਮੂਰੀਆਂ نیچے ਲਾਉਣ ਨੂੰ ਬਚੂਗੀ ਲਈ ਫਿਰ ਪੱਟ ਨਹੀਂ ਬਚਣੀ ਹੈਗੀ ਤੇ ਹੁਣ ਇਸ ਤੋਂ ਅੱਗੇ ਹੁਣ ਆਪਣਾ ਕੱਲਾ ਕਮੀਜ਼ ਕਮੀਜ਼ ਦਾ ਨਿਕਲ ਗਿਆ ਇੱਥੇ ਤੱਕ 45 ਇੰਚ ਹੋ ਗਿਆ 1 ਮੀਟਰ 5 ਇੰਚ ਕਪੜਾ ਆਪਣਾ ਖਪਤ ਹੋ ਗਿਆ ਹੁਣ ਇਸ ਤੋਂ ਅੱਗੇ ਆਪਾਂ ਦੀ ਮਣਨੀਆਂ ਪਹਿਲਾਂ ਸਲਵਾਰ ਆ ਦੇਖੋ ਇੱਥੇ ਤੱਕ ਆਪਾਂ ਨੇ 1 ਮੀਟਰ 5 ਇੰਚ ਕਪੜਾ ਕਮੀਜ਼ ਦਾ ਅੱਗੇ ਕੱਟਤਾ ਹੁਣ ਇਸ ਤੋਂ ਅੱਗੇ ਆਪਣਾ ਕਪੜਾ ਫੇਰ ਫੋਲਡ ਕਰਿਆ ਹੋਇਆ ਇੱਧਰ ਕੰਨੀਆਂ ਜੁੜੀਆਂ ਹੋਈਆਂ ਨੇ ਤੇ ਇਦਾਂ ਆਪਾਂ ਫੋਲਡ ਕਰਕੇ ਰੱਖਿਆ ਹੋਇਆ ਤੇ ਇਦਾਂ ਹੁਣ ਇਸ ਤੋਂ ਲੈ ਕੇ ਆ 1 ਮੀਟਰ 5 ਇੰਚ ਤੋਂ ਇਹ ਕਮੀਜ਼ ਦੀ ਲੰਬਾਈ ਪੂਰੀ ਕਰਕੇ ਇਸ ਤੋਂ ਅੱਗੇ ਆਪਾਂ ਹੁਣ ਆਪਦਾ ਸਲਵਾਰ ਦਾ ਪੂਰਾ ਕਰਨਾ ਤੇ ਸਲਵਾਰ ਆਪਣੀ ਹੁਣ ਜਿਵੇਂ ਮੂਰੀ ਤੋਂ ਲੈ ਕੇ ਬਲਾਂ ਤੱਕ ਤੇ ਜੇਕਰ ਆਪਣੀ ਸਾਰੀ 벨ਟ ਦੇ ਸਣੇ 36 37 38 ਇੰਚਾ ਤਾਂ 5 ਇੰਚ ਪਹਿਲਾਂ 벨ਟ ਦਾ ਨਿਕਲ ਜਾਣਾ ਠੀਕ ਆ 벨ਟ ਦਾ ਕੱਢ ਕੇ ਜਿਹੜਾ ਹੁਣ ਮੂਰੀ ਤੋਂ ਲੈ ਕੇ ਬਲਾਂ ਤੱਕ ਜਿੰਨੀ ਸਲਵਾਰ ਹੁੰਦੀ ਆ ਉਹ ਵੱਧ ਤੋਂ ਵੱਧ ਆਪਣੀ ਵਿੱਚ 벨ਟ ਤੋਂ ਬਿਨਾ ਆਪਾਂ 33 ਇੰਚ ਵੀ ਹੋਵੇ 31 ਹੋਵੇ 32 ਹੋਵੇ 33 ਹੋਵੇ ਤਾਂ ਆਪਾਂ ਵੱਧ ਤੋਂ ਵੱਧ ਲਾਵਾਂਗੇ ਜੇ ਘੱਟ ਹੋਊਗੀ ਫੇਰ ਤਾਂ ਆਰਾਮ ਨਾਲ ਕਪੜਾ ਪੂਰਾ ਹੋਈ ਹੋ ਜਾਣਾ ਆਪਣਾ ਤੇ ਹੁਣ ਆਪਾਂ ਵੱਧ ਤੋਂ ਵੱਧ ਮੈਂ ਲਾਉਣੀ ਆ ਤੇ ਆ 36 ਇੰਚ ਜੇਕਰ ਆਪਣੀ 35 ਇੰਚ ਸਲਵਾਰ ਤਾਂ ਫਿਰ ਆਪਾਂ 32 ਇੰਚ ਹੁੰਦੇ ਆ ਆਪਣੀ ਪੱਟ ਤੇ ਜੇਕਰ ਆਪਾਂ ਮੈਂ ਵੱਧ ਤੋਂ ਵੱਧ ਜ਼ਿਆਦਾ ਲਾਉਣੀ ਆ ਤੇ ਬਲਾਂ ਤੋਂ ਲੈ ਕੇ ਮੂਹਰੀ ਤੱਕ ਮੈਂ 34 ਇੰਚ ਲਾ ਲਨੀ ਆ ਠੀਕ ਆ 34 ਇੰਚ ਲਾ ਲਨੀ ਆ ਵੱਧ ਤੋਂ ਵੱਧ ਲਾਵਾਂਗੇ ਜੇ ਘੱਟ ਵਾ ਤੇ ਉਹ ਦਾ ਫਿਰ ਆਪਣਾ ਇਹਦੇ ਚ ਆਰਾਮ ਨਾਲ ਸਰ ਜਾਣਾ ਮੈਂ ਕੱਪੜੇ ਦਾ ਐਸਟੀਮੇਟ ਦੱਸ ਰਹੀ ਆ ਤੁਹਾਨੂੰ ਤੇ ਇੱਥੇ ਤੱਕ ਦਾ ਹੋ ਗਿਆ ਮਤਲਬ ਇੱਥੋਂ ਤੇ ਲੈ ਕੇ ਆਪਾਂ 35 ਇੰਚ ਦਾ ਆਪਣੀ ਸਲਵਾਰ ਦੀ ਜਿਵੇਂ ਜਿਹੜੇ ਆਪਾਂ ਮੂਰੇ ਪੱਟ ਪਾਉਨੇ ਆ ਤੇ ਬਲਾਂ ਮੂਰੀ ਤੋਂ ਲੈ ਕੇ ਬਲਾਂ ਤੱਕ ਸਲਵਾਰ ਤਿਆਰ ਬੈਲਟ ਦਾ ਆਪਾਂ ਅਲੱਗ ਪਾਉਣੀ ਆ ਤੇ ਉਹਦੀ ਲੰਬਾਈ 5 5.5 ਇੰਚ ਲੰਬਾਈ ਜਿਹੜੀ ਆਪਾਂ ਅੱਧ ਉਹਦੀ ਅੱਧ ਰੱਖ ਹੋਊਗੀ ਨਾਲ ਹਨਾ ਉਹ ਆਪਾਂ ਬੈਲਟ ਬਣਾਵਾਂਗੇ ਇਹਦੇ ਵਿੱਚੋਂ ਹੀ ਕਪੜਾ ਐਡਜਸਟ ਕਰਾਂਗੇ ਤੇ ਹੁਣ ਆਪਾਂ ਹੁਣ ਪਹਿਲਾਂ ਕੱਢਣੀ ਆ ਕਮੀਜ਼ ਦਾ ਤਾਂ ਪੂਰਾ ਹੋ ਗਿਆ ਤੇ ਹੁਣ ਆਪਾਂ ਨੇ ਕੁੰਦੇ ਕੱਢਣੇ ਆ ਜਿਹਦੇ ਆਪਾਂ ਕੁੰਦਿਆਂ ਦੀ ਕਟਿੰਗ ਕਰਨੀ ਆ ਫਿਰ ਆਪਾਂ ਨੇ ਪੱਟ ਕੱਢਣੇ ਆ ਉੰਜੇ ਆਪਾਂ ਕੁੰਦੇ ਕਟਿੰਗ ਕਰਨੇ ਆ ਜਿੰਨੀ ਮੂਹਰੇ ਤੋਂ ਲੈ ਕੇ ਬਲਾਂ ਤੱਕ ਆ ਉਹਦੇ ਜਿੰਨੀ ਤਿਆਰ ਆ ਉਹਦੇ ਚ ਆਪਾਂ 1.5 ਇੰਚ ਪਲੱਸ ਕਰ ਲੈਣਾ ਤੇ ਜੇਕਰ ਉੱਥੇ ਤੱਕ 32 ਆ ਤਾਂ ਆਪਾਂ 33 34 33.5 ਹੋ ਗਿਆ 1.5 ਇੰਚ ਪਲੱਸ ਕਰੀਏ ਜੇਕਰ ਆਪਾਂ ਜ਼ਿਆਦਾ ਤੋਂ ਜ਼ਿਆਦਾ ਲਾ ਕੇ ਮੈਂ 35 ਇੰਚ ਆ ਦੇਖੋ 35 ਇੰਚ ਤੇ ਲਾਈ ਸੀ ਨਾ 35 ਇੰਚ ਦੇ ਉੱਤੇ ਇੱਥੋਂ ਤੇ ਲੈ ਕੇ ਇੱਥੋਂ ਤੇ ਲੈ ਕੇ ਪੂਰੀ ਮਣ ਕੇ ਆਪਾਂ 35 ਇੰਚ ਆ ਦੇਖੋ ਆਪਾਂ ਵੱਧ ਤੋਂ ਵੱਧ 35 ਇੰਚ ਦੇ ਉੱਤੇ ਆਪਾਂ ਸਲਵਾਰ ਦੀ ਲੰਬਾਈ ਲਾ ਲਈ ਆ ਠੀਕ ਆ ਆ ਮੈਂ ਪਹਿਲਾਂ 33 ਲਾਈ ਸੀ ਆਪਾਂ ਵੱਧ ਤੋਂ ਵੱਧ ਰੱਖਣਾ ਵਾ ਕਪੜਾ ਕਿਉਂਕਿ ਘੱਟ ਤਾਂ ਵਿੱਚੋਂ ਬਾਣੀ ਜਾਣਾ ਤੇ ਕਮੀਜ਼ ਦੀ ਲੰਬਾਈ ਵੀ ਆਪਾਂ 45 ਇੰਚ ਰੱਖੀ ਆ ਪੂਰੀ ਫੁੱਲ ਤੇ ਚਾਹੇ 43 ਇੰਚ ਰੱਖੋ ਚਾਹੇ 44 ਇੰਚ ਜਿੰਨੀ ਹੋਊਗੀ ਉਹ ਤਾਂ ਮਗਰ ਹੀ ਜਾਊ ਤੇ ਹੁਣ ਅਸੀਂ ਤੋਂ ਕੇ ਆਪਣੇ ਕੁੰਦੇਆਂ ਦੀ ਪਹਿਲਾਂ ਲੰਬਾਈ ਹੋ ਗਈ ਫਿਰ ਇਸ ਤੋਂ ਅੱਗੇ ਆਪਾਂ ਜਿਹੜਾ ਆਪਾਂ ਦਾ ਝੋਲੀ ਦਾ ਰੱਖਦੇ ਹੁੰਦੇ ਆ ਜਦੋਂ ਆਪਾਂ ਕਟਿੰਗ ਕਰਦੇ ਆ ਸਲਵਾਰ ਦੀ ਮੇਥੇ ਤੁਹਾਨੂੰ ਸਲਵਾਰ ਦੀ ਕਟਿੰਗ ਦੀ ਨਿਸ਼ਾਨੀ ਜੀ ਲਾਈ ਦੰ ਤੁਹਾਨੂੰ ਸਮਝ ਆ ਜਾਊਗੀ ਇੱਥੇ 12 ਇੰਚ ਦੇ ਉੱਤੇ ਆਪ ਆਸਣ ਦਾ ਲਾ ਲਿਆ ਠੀਕ ਆ ਆਪਾਂ ਨੂੰ ਸਲਵਾਰ ਦੇ ਵਾਸਤੇ ਇੰਨਾ ਚਾਹੀਦਾ ਦੇਖੋ ਆਹ ਵਾਲੀ ਇੱਥੇ ਤੱਕ ਆਪਣੀ ਕਮੀਜ਼ ਦੀ ਲੰਬਾਈ ਪੂਰੀ ਨਿਕਲ ਗਈ ਤੇ ਇੱਥੋਂ ਤੇ ਲੈ ਕੇ ਆਪਾਂ ਸਲਵਾਰ ਦੀ 35 ਇੰਚ ਦੇ ਉੱਤੇ ਮੂਹਰੀ ਤੋਂ ਲੈ ਕੇ ਬਲਾਂ ਤੱਕ ਹੋ ਗਿਆ ਇਸ ਤੋਂ ਲੱਗੇ ਆਸਣ 12 ਇੰਚ ਆਸਣ ਲਾ ਲਿਆ ਤੇ ਇੰਨਾ ਹੀ ਆਪਾਂ ਨੇ ਕੱਪੜਾ ਇਧਰਲੀ ਸੇਧ ਤੋਂ ਇੰਨਾ ਇਹਦੇ ਬਰਾਬਰ ਇਹ ਹੋ ਗਿਆ ਠੀਕ ਆ ਇੰਨਾ ਕੱਪੜਾ ਹੁਣ ਆਪਣਾ ਕੁੰਦਿਆਂ ਚੋਂ ਨਿਕਲਣਾ ਇਹਦੀ ਮੈਂ ਤੁਹਾਨੂੰ ਸਲਵਾਰ ਦੀ ਨਿਸ਼ਾਨੀ ਲਾ ਕੇ ਦੱਸ ਦਿੰਨੀ ਤੁਹਾਨੂੰ ਪਤਾ ਲੱਗ ਜੂ ਵੀ ਇਹਦੇ ਵਿੱਚੋਂ ਕੀ ਕੀ ਕਟਿੰਗ ਹੋਊਗੀ ਆਹ ਦੇਖੋ ਆ ਆਸਣ ਲਾ ਲਿਆ ਸੀ ਆਪਾਂ 12 ਇੰਚ ਇੱਥੇ ਇਹ ਦੀ ਸੇਹ ਨਾਲ ਹੂਥੇ ਆਪਾਂ ਨੇ ਸਿੱਧੀ ਇਧਰੋਂ ਸਲਵਾਰ ਦੀ ਜਿੰਨੀ ਬਲਾਂ ਤੋਂ ਆ ਬਲ ਪੈਣਗੇ ਤੇ ਬਲਾਂ ਤੋਂ ਲੈ ਕੇ ਮੂਹਰੀ ਤੱਕ ਇਹ ਕੁੰਦੇ ਬਣਗੇ ਜਿਹੜੇ ਇੱਥੇ ਤੱਕ ਆਪਾਂ 35 ਇੰਚ ਲਾ ਲਈ ਇਸ ਤੋਂ ਅੱਗੇ ਇਧਰ ਫੇਰ ਆਸਣ ਲਾ ਲਿਆ ਸੀ ਆਪਾਂ ਨੇ ਇਧਰ ਆਸਣ ਲਾ ਲਿਆ ਸੀ ਇਧਰ ਲੰਬਾਈ ਲਾ ਲਈ ਸੀ ਠੀਕ ਹੈ ਤੇ ਫਿਰ ਆਪਾਂ ਨੇ ਆਸਣ ਇਧਰ ਲਾ ਲਿਆ ਤੇ ਲੰਬਾਈ ਇਧਰ ਲਾਈ ਠੀਕ ਹੈ ਤੇ ਇਧਰ ਆਪਣੀ ਕਮੀਜ਼ ਦੀ ਲੰਬਾਈ ਨਿਕਲੀ ਹੋਈ ਆ ਤੇ ਹੁਣ ਇਹਦੇ ਚੋਂ ਆਪਣੀ ਕੀ ਨਿਕਲਿਆ ਇਹ ਕੁੰਦੇ ਉਹ ਇਹ ਪਾ ਇਥੋਂ ਇਹਦੀ ਆਈ ਕਰਕੇ ਕਟਿੰਗ ਕਰ ਦਾਂਗੇ ਇੱਥੇ ਤੱਕ ਠੀਕ ਹੈ ਇਹ ਹੋ ਗਏ ਕੁੰਦੀ ਸਲਵ ਆਪਣਾ ਕਮੀਜ਼ ਦੀ ਲੰਬਾਈ ਵੀ ਪੂਰੀ ਹੋ ਗਈ ਘੇਰਾ ਸਭ ਕੁਝ ਹੋ ਤਿਆਰ ਹੋ ਕਮੀਜ਼ ਹੋ ਗਿਆ ਕਮੀਜ਼ ਦੀਆਂ ਬਾਹਾਂ ਰਹਿ ਗਈਆਂ ਸਲਵਾਰ ਦੇ ਆਪਣੇ ਪੱਟ ਤੇ ਬੈਲਟ ਰਹਿ ਗਈ ਠੀਕ ਹੈ ਤੇ ਹੁਣ ਆ ਆਪਣੀ ਹੁਣ ਸਲਵਾਰ ਤੋਂ ਬਣੀ ਹੋਈ ਦੀ ਸਿਰਹੀ ਹੈ ਨਾ ਆਹ ਵਾਲੀ ਹੁਣ ਇਹਦੇ ਮੂਰੇ ਆਪਣੇ ਤੇ ਮੂਰੇ ਪੱਟ ਜੜੇ ਜਾਣਗੇ ਠੀਕ ਹੈ ਇੱਥੇ ਪੱਟ ਜੜੇ ਜਾਣਗੇ ਤੇ ਆਹ ਜਿਹੜੀ ਫੋਲਡ ਸਾਈਡ ਆ ਇਹਦੀ ਆਪਾਂ ਕਟਿੰਗ ਕਰਕੇ ਫੋਲਡ ਸਾਈਡ ਦੀ ਇੱਥੇ ਤੱਕ ਕਟਿੰਗ ਹੋਊਗੀ ਇੱਥੇ ਤੱਕ ਠੀਕ ਹੈ ਕਟਿੰਗ ਕਰਕੇ ਇਹਦੇ ਮੂਰੇ ਵੀ ਪੱਟ ਜੜੇ ਜਾਣਗੇ ਤੇ ਇਹ ਆਪਣੇ ਹੁਣ ਇਹ ਫੋਲਡ ਕਰਿਆ ਹੈ ਕਪੜਾ ਦੇਖੋ ਕੰਨੀਆਂ ਜੋੜ ਕੇ ਇਦਾਂ ਰੱਖਿਆ ਹੋਇਆ ਇਦਾਂ ਆਪਾਂ ਆਪਦੇ ਹੁਣ ਕੁੰਦਿਆਂ ਦੀ ਕਟਿੰਗ ਹੋ ਗਈ ਆ ਦੇਖੋ ਹੁਣ ਸਲਵਾਰ ਦੀ ਆਪਣੀ ਕਟਿੰਗ ਹੋ ਗਈ ਠੀਕ ਆ ਹੁਣ ਆਪਾਂ ਇਸ ਤੋਂ ਇਹ ਹੁਣ ਆਪਣਾ ਸਾਰਾ ਕਪੜਾ ਕਿੰਨਾ ਖਪਤ ਹੋ ਗਿਆ ਪਹਿਲਾਂ 1 ਮੀਟਰ 5 ਇੰਚ ਆਪਣਾ ਪਹਿਲਾਂ ਨਿਕਲ ਗਿਆ ਤੇ 45 ਇੰਚ ਕਪੜਾ ਨਿਕਲ ਗਿਆ ਤੇ ਹੁਣ ਇਸ ਤੋਂ ਅੱਗੇ ਆ ਗਿਆ ਆਪਣਾ ਆਪਾਂ ਸਾਰਾ ਮੈਂਕੀ ਦੇਖੀਏ ਹੁਣ ਆ ਵਿੱਚ ਆਪਾਂ ਨੇ 35 ਇੰਚ ਦਾ ਆਪਾਂ ਪੂਰੇ ਫੁੱਲ ਤੋਂ ਫੁੱਲ ਆਪਾਂ ਸਲਵਾਰ ਦੀ ਲੰਬਾਈ ਕਰ ਲਈ ਹੈ ਦੇ ਵੱਧ ਤੋਂ ਵੱਧ ਹੁਣ ਆਪਾਂ ਨੇ ਇਹ ਆਪਣਾ ਬਣਦਾ ਵਾਹੇ 35 ਦੇ ਵਿੱਚ 10 ਪਾਈਏ 45 ਤੇ 47 ਇੰਚ ਆਪਣਾ ਕਪੜਾ ਹੁਣ ਕੁੰਦਿਆਂ ਦੇ ਵਿੱਚ ਨਿਕਲ ਗਿਆ ਠੀਕ ਆ 47 ਇੰਚ ਕੁੰਦਿਆਂ ਦੇ ਵਿੱਚ ਨਿਕਲ ਗਿਆ 40 ਇੰਚ ਦਾ 1 ਮੀਟਰ ਹੁੰਦਾ ਤੇ 40 2 ਮੀਟਰ ਹੋ ਗਿਆ ਤੇ 5 ਇੰਚ ਉਧਰੋਂ ਜਿਹੜਾ ਆ ਜਿਆਦਾ ਲੱਗਿਆ 1 ਮੀਟਰ ਚੋਂ 5 ਇੰਚ ਇਹ ਤੇ ਜਿਹੜਾ ਹੁਣ ਇਹ ਚੋਂ 47 ਇੰਚ ਬਣਦਾ 7 ਇੰਚ ਇਹ ਠੀਕ ਆ 8 9 10 11 12 12 ਇੰਚ 2 ਮੀਟਰ 12 ਇੰਚ ਕਪੜਾ ਆਪਣਾ ਇੱਧਰ ਹੁਣ ਕੁੰਦੇ ਤੇ ਕਮੀਜ਼ ਦੇ ਵਿੱਚ ਖਫਤ ਹੋ ਗਿਆ ਹੁਣ ਇਸ ਤੋਂ ਅੱਗੇ ਆਗੇ ਆਪਾਂ ਹੁਣ ਇਸ ਤੋਂ ਅੱਗੇ ਆਗੇ ਆਪਣਾ ਕਪੜਾ ਹੁਣ ਆਪਣਾ ਸਾਰਾ ਹੀ 3.5 ਮੀਟਰ ਕਪੜਾ ਵਾਹੀ ਤੇ ਤੁਸੀਂ ਮਿਣਕੇ ਦੇਖ ਲਿਓ ਲਾ ਕੇ ਹਿਸਾਬ ਤੁਹਾਨੂੰ ਮੈਂ ਲਾ ਕੇ ਵੀ ਦਿਖਾਉਂਗੀ ਤੇ ਹੁਣ ਇੱਥੇ ਤੱਕ ਆਪਣੇ ਕੁੰਦੇ ਨਿਕਲ ਗਏ ਹੁਣ ਇਸ ਤੋਂ ਅੱਗੇ ਆਪਾਂ ਨੇ ਕੀ ਕਰਨਾ ਹੁਣ ਜਿਹੜਾ ਬਾਕੀ ਦਾ ਕਪੜਾ ਬਚ ਗਿਆ ਇਹ ਚੋਂ ਪਹਿਲਾਂ ਆਪਾਂ ਪੱਟ ਤੇ ਪੇਟੀ ਕੱਢ ਲੈਣੇ ਆ ਆ ਦੇਖੋ ਹੁਣ ਆਪਣਾ ਇੱਥੇ ਤੱਕ ਕਮੀਜ਼ ਦਾ ਤੇ ਸਲਵਾਰ ਦੇ ਕੁੰਦੇ ਇੱਥੇ ਤੱਕ ਆਪਣੇ ਇੱਧਰ ਤੱਕ ਨਿਕਲ ਗਏ ਠੀਕ ਹੁਣ ਆਪਾਂ ਫੇਰ ਆਪਣਾ ਕਪੜਾ ਫੋਲਡ ਕਰ ਰਹੇ ਹਾਂ ਦੂਗਾ ਇਦਾਂ ਹੀ ਇੱਧਰ ਕੰਨੀਆਂ ਜੁੜੀਆਂ ਹੋਈਆਂ ਨੇ ਤੇ ਇਦਾਂ ਆਪਣਾ ਇਸ ਤੋਂ ਅਗਲਾ ਕਪੜਾ ਆ ਗਿਆ ਇੱਧਰ ਕਿੰਨਾ ਕਪੜਾ ਚੱਲ ਗਿਆ ਆਪਣਾ 1 ਮੀਟਰ 5 ਇੰਚ ਕਮੀਜ਼ ਚ ਚੱਲ ਗਿਆ ਤੇ ਫੇਰ 47 ਇੰਚ ਕਪੜਾ ਆਪਣਾ 1 ਮੀਟਰ 7 ਇੰਚ ਆਪਣਾ ਕੁੰਦੇ ਨਿਕਲ ਗਏ ਠੀਕ ਹੁਣ ਹੋ ਗਏ 2 ਮੀਟਰ 12 ਇੰਚ ਆਪਣਾ ਕਪੜਾ ਨਿਕਲ ਚੁੱਕਿਆ ਵਾ ਤੇ ਹੁਣ ਇਸ ਤੋਂ ਅੱਗੇ ਆ ਗਿਆ ਹੁਣ ਆਪਾਂ ਇਹਦੇ ਚੋਂ ਆਹ ਫੋਲਡ ਕਰੀ ਹੋਈ ਤੋਂ ਇਧਰੋਂ ਆਹ ਦੇਖੋ ਕੰਨੀਆਂ ਜੁੜੀਆਂ ਹੋਈਆਂ ਨੇ ਇਹ ਇਧਰੋਂ ਆਪਾਂ ਨੇ ਹੁਣ ਪੱਟ ਮੈਣ ਲੈਣੇ ਆ ਪੱਟ ਆਪਾਂ ਨੇ ਕਿੰਨੇ ਪਾਉਣੇ ਆ ਇਹਦੇ ਚ ਤਾਂ ਆਪਾਂ ਨੇ ਆਹ 12 ਇੰਚ ਆਸਣ ਵੀ ਲਾਇਆ ਸੀ ਕੁੰਦਿਆਂ ਚ ਨਾ ਇਹਦੇ ਚ ਆਪਾਂ ਨੇ ਆਸਣ ਨਹੀਂ ਲਾਉਣਾ ਪੱਟਾਂ ਚ ਇਹ ਆਪਾਂ ਨੇ ਸਿਰਫ ਜਿਹੜੇ ਮੂਰੀ ਤੋਂ ਲੈ ਕੇ ਬਲਾਂ ਤੱਕ ਆਪਾਂ ਪੱਟ ਜੜਨੇ ਨੇ ਨਾ ਤੇ ਆਪਾਂ 35 ਇੰਚ ਰੱਖੀ ਸੀ ਲੰਬਾਈ ਤੇ ਆਪਾਂ ਹੁਣ 35 ਇੰਚ ਤੱਕ ਨਿਸ਼ਾਨੀ ਲਾਉਨੇ ਆ ਆਹ ਦੇਖੋ ਇੱਥੇ ਤੱਕ ਸਲਵਾਰ ਦਾ ਕੱਪੜਾ ਨਿਕਲ ਗਿਆ ਇਸ ਤੋਂ ਅੱਗੇ ਹੁਣ ਆਪਣਾ ਆ ਗਿਆ 35 ਇੰਚ ਆ ਦੇਖੋ 35 ਇੰਚ ਦੇ ਉੱਤੇ ਆਪਣੀ ਹੁਣ ਇੱਥੇ ਤੱਕ ਪੱਟ ਲੰਬਾਈ ਹੋ ਗਈ ਪੱਟਾਂ ਦੀ ਤੇ ਹੁਣ ਆਪਣੀ ਜੇ ਤਾਂ 6 ਇੰਚ ਮੋਰੀਆ ਤਾਂ ਆਪਾਂ 6 ਇੰਚ ਪੱਟ ਲੈ ਲੋ 7 ਇੰਚ ਤੇ ਮਤਲਬ ਕਿ ਇਦਾਂ ਫੋਲਡ ਕਰੇ ਹੋਏ ਇਦਾਂ ਮੈਂ ਸਾਰੇ ਤੁਹਾਨੂੰ ਦੱਸਦੀਆਂ 12 ਇੰਚ ਜੇ 6 ਇੰਚ ਮੋਰੀਆ ਤਾਂ 12 ਇੰਚ ਤੇ ਇੱਥੋਂ ਇਦਾਂ 12 ਇੰਚ ਪੱਟਾਂ ਦੀ ਕਟਿੰਗ ਕਰ ਦੇਣੀ ਆ ਠੀਕ ਆ ਇਦਾਂ ਇੱਥੇ ਤੱਕ ਇਹਦੀ ਸੇਚ ਇੱਥੋਂ 12 ਇੰਚ ਤੇ ਜੇਕਰ ਆਪਣੀ 7 ਇੰਚ ਮੂਰੀ ਜਿੰਨੇ ਵੀ ਵੱਧ ਤੋਂ ਵੱਧ ਮੂਰੀ ਆ ਆਪਾਂ ਉਸ ਹਿਸਾਬ ਦੇ ਨਾਲ 7 ਇੰਚ 7.5 ਇੰਚ ਵੀ ਮੂਰੀ ਆ ਆਪਾਂ ਨੇ 14 ਇੰਚ ਲਾ ਲੈਨੇ ਆ 14 ਇੰਚ ਪੱਟ ਇੱਥੇ ਆ ਪੱਟਾਂ ਦੀ ਨਿਸ਼ਾਨੀ ਲਾਤੀ ਠੀਕ ਆ ਇਹ ਹੁਣ ਮੈਂ ਪੱਟਾਂ ਦੀ ਵੀ ਪੂਰੀ ਸਮਾਰ ਕੇ ਨਿਸ਼ਾਨੀ ਲਾ ਦਾਂ ਦੋਨੇ ਸਾਈਡਾਂ ਤੋਂ ਆ ਦੇਖੋ 14 ਇੰਚ ਇਧਰ ਨੂੰ ਆਪਾਂ ਨੇ ਚੜਾਈ ਲੈ ਲਈ ਪੱਟਾਂ ਦੀ ਤੇ 35 ਇੰਚ ਆਪਾਂ ਲੰਬਾਈ ਲੈ ਲਈਆ ਠੀਕ ਆ ਤੇ ਇਧਰੋਂ ਵੀ ਆਪਾਂ ਨੇ ਇਦਾਂ ਹੀ 14 ਇੰਚ ਚੜਾਈ ਮੈਨ ਲਈਆ ਹਾ ਦੇਖੋ ਇਦਾਂ 14 ਇੰਚ ਪੱਟ ਆਪਾਂ ਨੇ ਇਧਰੋਂ ਮੈਨ ਲਈ ਤੇ ਇਹ ਹੋਗੇ ਆਪਣੇ ਵਿੱਚੋਂ ਇਹਦੇ ਪੱਟ ਨਿਕਲੇ ਆਉਣਗੇ ਠੀਕ ਆ ਤੇ ਹੁਣ ਇਸ ਤੋਂ ਕੇ ਆਹ ਵਾਲਾ ਕੱਪੜਾ ਬਚ ਗਿਆ ਆਹ ਇਹਦੇ ਚੋਂ ਆਪਾਂ ਨੇ ਲੈ ਲੈਣਾ ਆ ਬਾਹਾਂ ਚਾਹੀ ਬਾਹਾਂ ਬਣਾ ਲਓ ਚਾਹੀ ਪੇਟੀ ਬਣਾ ਲਓ ਪਹਿਲਾਂ ਪਚਾਹੀ ਪੇਟੀ ਬਣਾ ਲੈਣੀ ਜੇ ਬਾਹਾਂ ਵੀ ਬਣਾਉਣੀਆਂ ਨੇ ਜਿਵੇਂ 14 ਆ 35 ਇੰਚ ਕੱਪੜਾ ਵਾ ਇਹਨਾਂ ਨੂੰ ਹੀ ਆਪਾਂ ਨੇ ਚੱਕ ਕੇ ਆਪਣਾ ਦੇਖੋ ਆ ਕੱਪੜਾ ਕਿੰਨਾ ਪਸਦਾ ਫੋਲਡ ਕਰਿਆ ਹੋਇਆ ਵਾ ਫੋਲਡ ਕਰਕੇ ਦੇਖੋ 12 12.5 12 ਇੰਚੀ ਲੈ ਲਓ 12 ਇੰਚ ਕਪੜਾ ਆਪਣਾ ਉਧਰੋਂ ਇਧਰ ਪੱਟ ਕੱਢਣ ਤੋਂ ਬਾਅਦ 12 ਇੰਚ ਉਧਰ ਬਚ ਗਿਆ ਤੇ ਇੰਨਾ ਆਪਾਂ ਮੋਢਾ ਵੀ ਲੈਣਾ ਹੋਵੇ ਇਹਨੂੰ ਆਪਾਂ ਇਦਾਂ ਕਰਕੇ ਫੋਲਡ ਕਰਕੇ ਆਪਾਂ ਬਾਹਾਂ ਵੀ ਬਣਾ ਸਕਦੇ ਹਾਂ ਚਾਹੇ ਇਹਦੇ ਚੋਂ ਪੇਟੀ ਲੈ ਲਓ ਤੇ ਇਹ ਹੁਣ 8 ਇੰਚ ਆਪਾਂ ਨੂੰ ਇਧਰ ਨੂੰ ਥੱਲੇ ਨੂੰ ਪੇਟੀ ਚਾਹੀਦੀ ਹੈ ਇੱਥੋਂ ਸਿਰੇ ਤੋਂ ਲਾਓ ਤੁਸੀਂ ਇੱਥੋਂ ਤੇ 8 ਇੰਚ ਪੇਟੀ ਆ ਦੇਖੋ 8 ਇੰਚ ਇਧਰ ਨੂੰ ਇਧਰੋਂ ਫੋਲਡ ਕਰ ਰਿਹਾ ਹੈ ਨਾ ਇਹ ਫੋਲਡ ਦੀ ਕਟਿੰਗ ਕਰ ਦੇਣੀ ਆ ਇਧਰ ਨੂੰ 8 ਇੰਚ ਆਪਣੀ ਵਿੱਚ ਨੇਫਾ ਵੀ ਮਰੂਗਾ 2 3/2 ਇੰਚ ਤੇ ਪੌਣਾ ਕਿੰਝ ਆਪਣਾ ਬਲਾਂ ਚਾਊਗਾ 8 ਇੰਚ ਦੀ ਆਪਾਂ ਨੂੰ ਇਧਰ ਨੂੰ ਚੜਾਈ ਨੀਚੇ ਨੂੰ ਲੰਬਾਈ ਲੈ ਲਈ ਇਧਰ ਨੂੰ ਚਾਹੇ ਤੁਸੀਂ 26 ਇੰਚ 26 ਇੰਚ 27 28 ਇੰਚ ਇਧਰ ਨੂੰ ਜਿੰਨੀ ਮਰਜ਼ੀ ਬੈਲਟ ਵਧਾ ਲਓ ਇੰਨਾ ਕਪੜਾ ਆਪਣੇ ਕੋਲੇ ਇਹਦੇ ਚੋ ਬੈਲਟ ਵੀ ਨਿਕਲ ਗਈ ਇਸ ਤੋਂ ਅੱਗੇ ਆ ਗਿਆ ਆਪਣਾ ਇਧਰ ਇੰਨੇ ਇੰਚ ਕਪੜਾ ਮਗਰ ਇਹਦੀਆਂ ਬਾਹਾਂ ਖੁੱਲੀਆਂ ਡੁੱਲੀਆਂ ਜਿੰਨੀਆਂ ਮਰਜ਼ੀ ਬਾਹਾਂ ਬਣਾ ਲਓ ਆ ਦੇ ਲੰਬਾਈ ਹੋਗੀ ਬਾਹਾਂ ਦੀ 18 ਇੰਚ ਠੀਕ ਹੈ ਤੇ ਇਦਾਂ ਹੁਣ ਆ ਦੂਰਾ ਕਰਿਆ ਹੋਇਆ ਕਪੜਾ ਆਪਣੇ ਕੋਲ ਹੈਗਾ ਇਦਾਂ ਦੂਰਾ ਤੇ ਇਹਨੂੰ ਆਪਾਂ ਨੇ ਇਦਾਂ ਕਰਕੇ ਫੋਲਡ ਕਰਕੇ ਇਦਾਂ ਦੂਰੇ ਤੋਂ ਹੀ ਫੋਰ ਫੋਲਡ ਕਰਕੇ ਆਪਾਂ ਇੱਥੋਂ ਬਹਾ ਦਾ ਜਿੰਨਾ ਮਰਜ਼ੀ ਮੋਢਾ ਜਿੰਨੀਆਂ ਪੱਟੀਆਂ ਮਰਜ਼ੀ ਬਹਾ ਬਣਾ ਲਓ ਤੇ ਇਸ ਲਈ ਇਹ ਹੋ ਗਿਆ ਜਣੀ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਆ ਜਿਹੜੇ ਪੱਟ ਆਹ ਆ ਜਿਹੜੇ ਤੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਵੀ ਜਿਹੜੇ ਆਹ ਵਲੇ ਆਪਾਂ ਨੇ ਪੇਟੀ ਇੱਥੋਂ ਪੇਟੀ ਕੱਢੀ ਆ ਪੇਟੀ ਆਪਦੀ ਆ ਦੇਖੋ ਇਧਰ ਨੂੰ ਇਹ 27 ਇੰਚ ਇਹਨੂੰ ਕਪੜਾ ਹੈਗਾ ਪੇਟੀ ਦਾ ਇਹ ਦੇਖੋ ਇੱਥੋਂ 8 ਇੰਚ ਇਧਰ ਨੂੰ ਕਰਕੇ ਇੱਥੋਂ ਪੇਟੀ ਕੱਢ ਲਓ ਠੀਕ ਆ ਆ ਇੰਨਾ ਕਪੜਾ ਆਪਣੇ ਕੋਈ ਬਾਧੂ ਫੇਰ ਵੀ ਬਚ ਜੂਗਾ ਤੇ ਜਿਹੜੀਆਂ ਆ ਹੁਣ 12 ਇੰਚ ਇਧਰ ਨੂੰ ਕਪੜਾ ਫੋਲਡ ਕਰਿਆ ਹੋਇਆ ਤੇ ਜਦੋਂ ਆਪਾਂ ਇਧਰੋਂ ਸਲਵਾਰ ਦੀ ਕਟਿੰਗ ਹੋ ਗਈ ਇਧਰੋਂ ਆਪਣੇ ਪੱਟ ਕਟਿੰਗ ਹੋ ਗਈ ਠੀਕ ਆ ਤੇ ਆਹ ਵਾਲਾ ਜਿਹੜਾ ਆਪਣਾ ਕਪੜਾ ਫੋਲਡ ਕਰਿਆ ਪਿਆ 35 ਇੰਚ ਤੇ ਇਹਨੂੰ ਆਪਾਂ ਨੇ ਇਦਾਂ ਕਰਕੇ ਫੋਲਡ ਕਰਿਆ ਪਿਆ ਵਾ ਆ ਦੇਖੋ ਇਧਰੋਂ ਤਾਂ ਫੋਲਡ ਹੈ ਗਈ ਹੈਗਾ ਆਪਣਾ ਇਦਾਂ ਫੋਲਡ ਕਰਕੇ ਇਧਰ ਨੂੰ ਇਹ 17 ਇੰਚ ਵੀ ਇਧਰ ਨੂੰ ਬਾਹਮ ਬਣਨਗੀ ਇਧਰੋਂ ਇਹਦੀ ਬਾਹਮ ਬਣ ਚੁੱਕੀ ਇੱਥੋਂ 12 ਇੰਚ ਤਾਂ ਇਧਰੋਂ ਬਚ ਜਾਣਾ ਆਪਾਂ ਨੂੰ ਇਧਰ ਨੂੰ ਤੇ ਇਧਰੋਂ ਪੱਟ ਕੱਢ ਕੇ ਆਹਾ ਵਾਲੇ ਤੇ ਇੱਥੋਂ ਇਹਦੀਆਂ ਬਾਹਾਂ ਬਣ ਜਾਣਗੀਆਂ ਤੇ ਇਹਦੇ ਚੋਂ ਬਾਹਾਂ ਬਣ ਜਾਣਗੀਆਂ ਤੇ ਇਧਰੋਂ ਇਹਦੇ ਚੋਂ ਪੇਟੀ ਨਿਕਲ ਜੂਗੀ ਮੰਨ ਲਓ ਵੀ ਜਿਵੇਂ ਆਹਾ 8 ਇੰਚ ਆ ਦੇਖੋ ਇਧਰ ਨੂੰ 8 ਇੰਚ ਇੱਥੇ ਤੱਕ ਮਣਕੇ ਆਪਣੀ ਪੇਟੀ ਇਦਾਂ ਇਹਦੇ ਚੋਂ ਜਿੰਨੀ ਮਰਜ਼ੀ ਲੰਬਾਈ ਦੀ ਪੇਟੀ ਹੋਵੇ 27 ਹੁਣ 27 ਇੰਚ ਇਹਨੂੰ ਫੋਲਡ ਕਰਿਆ ਹੈ ਕਪੜਾ ਤਾਂ ਬਣਦਾ ਹੀ ਬਣਦਾ ਤੇ ਆਪਾਂ ਚਾਹੀ 27 ਇੰਚ ਦੀ ਪਾ ਲੂ ਤੇ ਜਿਵੇਂ ਹੁਣ 18 ਇੰਚ ਕੇ ਰਵਾਂ ਤੇ ਉਹਦੀ ਤਾਂ 21 ਕੈਂਚ ਹੀ ਆਪਾਂ ਨੂੰ 벨ਟ ਵਾਧੂ ਆ ਇਧਰ ਨੂੰ 21 ਇੰਚ ਇਥੇ 21 ਇੰਚ ਕਰਕੇ ਬਾਕੀ ਦਾ ਉਹਦੇ ਚੋ ਹੀ ਬਚ ਜੂਗਾ ਫਿਰ ਆਪਣਾ ਆ ਵੀ ਕਪੜਾ ਬਚ ਜੂਗਾ ਠੀਕ ਆ ਤੇ ਇਥੋਂ ਬਾਹਾਂ ਬਣ ਜਾਣਗੀਆਂ ਤੇ ਇਹਦੇ ਚੋਂ ਮੂਰੀਆਂ ਚੋਂ ਤਾਂ ਜਿਹੜਾ ਆਪਣਾ ਕਮੀਜ਼ ਦੇ ਨਾਲੋਂ ਲਾਹਾਂਗੇ ਇਧਰੋਂ ਜਿਹੜਾ ਕਮੀਜ਼ ਚੋਂ ਆਪਾਂ ਨੇ ਕੇਰਾ ਪੂਰਾ ਕਰਕੇ ਇਥੋਂ ਇਦਾਂ ਲਾਵਾਂਗੇ ਉਹ ਮੂਰੀਆਂ ਥੱਲੇ ਲੱਗ ਜੂਗਾ ਠੀਕ ਆ ਸਾਰਾ ਕਪੜਾ ਆਪਣਾ ਹੋਣੇ ਦਾ ਪੂਰਾ ਕੰਪਲੀਟ ਹੋ ਗਿਆ 3.5 ਮੀਟਰ ਜਿਹੜਾ ਆਪਾਂ ਨੂੰ ਚੌੜੇ ਬਨੇ ਦੇ ਵਿੱਚ ਆਪਾਂ ਨੂੰ ਕਟਿੰਗ ਮਿਲਦੀ ਆ ਉਹਦੀ ਆਪਾਂ ਇਦਾਂ ਕਟਿੰਗ ਕਰ ਸਕਦੇ ਆ ਠੀਕ ਹੈ ਇਹ ਆਪਣਾ ਹੁਣ ਕਪੜਾ ਪੂਰਾ 3.5 ਮੀਟਰ ਦੇ ਪੂਰਾ 3.5 ਮੀਟਰ ਹੋ ਗਿਆ ਤਾਂ ਮੈਂ ਤੁਹਾਨੂੰ ਹਿਸਾਬ ਲਾ ਕੇ ਦਿਖਾਉਣੀ ਆ ਸਾਰਾ ਆ ਦੇਖੋ 45 ਇੰਚ ਆਪਣਾ ਕਮੀਜ਼ ਚ ਲੰਬਾਈ ਚੜਾਈ 45 ਇੰਚ ਨਿਕਲ ਗਿਆ 47 ਇੰਚ ਆਪਣਾ ਕੁੰਦਿਆਂ ਚ ਹੋ ਗਿਆ 35 ਇੰਚ ਦੇ ਪੱਟ ਇੱਕ ਪਾਸਿਓ ਪੱਟ ਪੈ ਜਾਣਗੇ ਇਦਾਂ ਇੱਕ ਪਾਸਿਓ ਬਾਹਾਂ ਨਿਕਲ ਜਾਣਗੀਆਂ ਤੇ 8 ਇੰਚ ਦੀ ਆਪਣੀ ਬੈਲਟ ਹੋ ਗਈ ਸਾਰਾ ਆਪਣਾ ਕਮੀਜ਼ ਦਾ ਹਸਾਬ ਤਾਂ ਪੂਰਾ ਹੋ ਗਿਆ ਨਾ 40 ਇੰਚ ਦਾ 1 ਮੀਟਰ ਤੇ ਆਹ 40 ਇੰਚ ਦਾ ਜਿਹੜਾ 2 ਮੀਟਰ ਠੀਕ ਆ ਆਹ ਹੁਣ 35 ਦੇ ਵਿੱਚ ਆਹ ਵਾਲਾ 5 ਪਾ ਕੇ ਕਿੰਨਾ ਹੋ ਗਿਆ ਆਪਣਾ 40 35 ਦੇ ਵਿੱਚ 5 ਪਾਈਏ 40 ਤੇ ਇਹ ਹੋ ਗਿਆ ਹੁਣ 1 ਮੀਟਰ 2 ਮੀਟਰ ਇਹ ਵਾਲਾ 5 ਪਾ ਕੇ ਵਿੱਚ 3 ਮੀਟਰ ਠੀਕ ਆ ਤੇ ਹੁਣ 7 ਤੇ 8 ਇੰਚ ਜੋੜ 7 ਤੇ 8 ਇੰਚ ਦਾ ਜਿਹੜਾ ਇਹ ਆਪਣਾ 15 ਇੰਚ ਇਹ ਹੋ ਗਿਆ ਠੀਕ ਆ ਹੁਣ ਆਪਣਾ 3 ਮੀਟਰ 1 2 ਤੀਜਾ ਆਹ ਵਾਲਾ ਜੋੜ ਕੇ 3 ਮੀਟਰ ਤੇ 3 ਮੀਟਰ 15 ਇੰਚ ਕਪੜਾ ਠੀਕ ਆ ਤੇ 15 ਇੰਚ ਕਪੜਾ ਆਪਣਾ ਪੂਰਾ ਕੰਪਲੀਟ ਹੋ ਗਿਆ ਪੂਰੇ ਸੂਟ ਦੇ ਉੱਤੇ ਤੇ ਆ ਜਿਹੜਾ ਇੰਨਾ ਬਚਿਆ ਹੀ ਆ ਹਲੇ ਤੇ ਇਹ ਹੋ ਗਿਆ ਆਪਣਾ ਇੰਨਾ ਇਹਦੇ ਚੋਂ ਬਚਿਆ ਪੂਰੇ 3.5 ਮੀਟਰ ਚੋਂ ਹੁਣ ਤੁਸੀਂ ਦੇਖੋ 20 ਇੰਚ ਇਹ ਹੋ ਗਿਆ ਆਪਣਾ 15 ਇੰਚ ਤੇ 20 ਇੰਚ ਦਾ ਅੱਧਾ ਇੰਚ ਅੱਧਾ ਮੀਟਰ ਹੁੰਦਾ ਵਾ ਠੀਕ ਆ ਇਹ ਇਹਦੇ ਚੋਂ ਹਲੇ ਵੀ ਆਪਾਂ ਨੂੰ ਅੱਧੇ ਮੀਟਰ ਚੋਂ ਵੀ ਆਪਣਾ 15 ਇੰਚੀ ਲੱਗਿਆ ਵਾ ਪੂਰਾ 3.5 ਦੇ ਅੰਦਰ ਅੰਦਰ ਪੂਰਾ ਫੁੱਲ ਭਾਰੀ ਸੂਟ ਆਪਾਂ ਨੇ ਬਣਾ ਲਿਆ ਵਾ ਕਿੰਨੀ ਲੰਬਾਈ ਕਮੀਜ਼ ਦੀ ਕਰ ਲਈਆ ਸਲਵਾਰ ਵੀ ਪੂਰੀ ਲੰਬੀ ਕਰ ਲਈਆ ਸਾਰਾ ਕੁਝ ਖੁੱਲਾ ਡੁੱਲਾ ਪੂਰੀਆਂ ਬਾਹਾਂ ਵੀ ਪਾਉਣੀਆਂ ਪਾਉਣੀਆਂ 14-15 ਇੰਚ ਜਿੰਨੀ ਮਰਜ਼ੀ ਵੜਾ ਲਓ ਪਾਉਣੀਆਂ ਤੇ ਇਸ ਹਿਸਾਬ ਨਾਲ ਨਾਲ ਆਪਣਾ ਪੂਰਾ 3.5 ਮੀਟਰ ਚ ਵੱਡੇ ਬਨੇ ਦੇ ਵਿੱਚ 3.5 ਮੀਟਰ ਚ ਇਦਾਂ ਆਪਣਾ ਸੂਟ ਕੰਪਲੀਟ ਹੋ ਜਾਂਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਜੇ ਕੋਈ ਫਾਇਦਾ ਹੋਇਆ ਜਰੂਰ ਦੱਸਿਓ ਨਾ ਹੋਇਆ ਉਹ ਵੀ ਦੱਸ ਦਿਓ ਤੇ ਹਾਂਜੀ ਧੰਨਵਾਦ ਜੀ